ਸੀਨੀਅਰ ਜਰਨਲਿਸਟ ਤੁਹਾਡੇ ਚ ਕੌਣ ਹੈ ਜੀ ਅੱਜ ਆ ਗਿਆ ਜੀ ਕੌਣ ਹੈ ਬੋਲੋ ਜੀ ਬੋਲੋ 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 ਜੀ ਨੂੰ ਸਭ ਤੋਂ ਪਹਿਲਾਂ ਪਲਾਟੋ ਦੇ ਨਾਲ ਸਾਡਾ ਜੀ ਵਾਲੇ ਹੈ ਨਹੀਂ ਉਹਨੂੰ ਨਹੀਂ ਮੇਰੇ ਮਿੱਤਰ ਨੂੰ ਜਾ ਕੇ ਉਹਨੂੰ ਕਹ ਫ੍ਰੀ ਕਾਲਿੰਗ ਹੈ ਜਿੱਦਣ ਮਰਜ਼ੀ ਕਰੀ ਜਾ ਆ ਦੇਖੋ ਜੀ ਅੱਗੇ ਆ ਗਏ ਨਾ ਸਾਰੇ ਅੱਜ ਵੈਲੈਂਟਾਈਨ ਜੀ ਪ੍ਰੈਜ਼ੈਂਟ 2 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ ਜੀ ਦੇ ਵਹਿਦੇ ਨੂੰ ਪੰਜਾਬ ਦਾ ਨੌਜਵਾਨ ਉਡੀਕਦਾ ਆਈ ਆਰ ਈ ਬਜਟ 'ਚ ਕਹਿੰਦੇ ਜੀ ਅਸੀਂ 10 ਕਰੋੜ ਰੱਖ ਲਿਆ ਕਦੇ 20 ਕਰੋੜ ਰੱਖ ਲਿਆ ਅਤੇ ਫੋਨ ਫੇਰ ਨਹੀਂ ਕਿਸੇ ਦਾ ਵੱਜਦਾ ਅਸੀਂ ਰਿੰਗ ਟੋਨ ਵੀ ਵਧਾਤੀ ਆ ਇਕੱਲਾ ਹੁਣ ਗੱਲ ਕਰੋ ਰੋਮਿੰਗ ਫਰੀ ਆ ਇੰਟਰਨੈਸ਼ਨਲ ਰੋਮਿੰਗ ਵੀ ਫਰੀ ਸੋ ਵੈਲੈਂਟਾਈਨ ਦੀਆਂ ਲੱਖ ਲੱਖ ਤੁਹਾਨੂੰ ਵਧਾਈ ਵੈਲੈਂਟਾਈਨ ਵਾਸਤੇ ਨਾ ਨਹੀਂ ਇਹਨੂੰ ਜਿੰਨਾ ਮਰਜ਼ੀ ਅੱਜ ਫੋਨ ਕਰੋ ਜਿਹਨੂੰ ਮਰਜ਼ੀ ਕਰੋ ਕੋਈ ਮਸਲਾ ਕੋਈ ਕਿੰਨੇ ਫੋਨ ਤੁਸੀਂ ਭਾਜੀ ਕਿੰਨੇ ਫੋਨ ਦੇ ਰਹੇ ਹੋ ਜੀ ਅੱਜ ਭਾਜੀ ਫੋਨ ਕਿੰਨੇ ਦੇ ਰਹੇ ਹੋ ਅੱਜ ਫੋਨ ਜਿਹੜੇ ਮਰਜ਼ੀ ਮੁਲਕ ਉਧਰ ਉਹ ਪੀਪੀ ਜੀ ਆ ਜਾਣ ਜੋ ਭਾਜੀ ਆਈਐਸ ਦੀ ਕਾਲ ਵੀ ਹੁੰਦੀ ਹੈ ਆਲ ਫ੍ਰੀ ਇਹ ਚ ਕੋਈ ਕਾਲਿੰਗ ਟਾਈਮ ਦੀ ਲਿਮਿਟੇਸ਼ਨ ਨਹੀਂ ਜਿੰਨਾ ਮਰਜ਼ੀ ਫੋਨ ਕਰਵਾਓ ਸਿੱਧਾ ਕਰ ਲਓ ਜੀ ਅੱਛਾ ਇਹਦੀ ਖਾਸੀਅਤ ਇਹ ਵੀ ਆ ਜੀ ਕਿ ਤੁਹਾਡਾ ਬੱਚਾ ਵੀ ਇਹਨੂੰ ਵਰਤ ਸਕਦਾ ਕੋਈ ਇਹਦੀ ਰੇਡੀਏਸ਼ਨ ਨਹੀਂ ਕੋਈ ਕਿਸੇ ਤਰੀਕੇ ਦਾ ਕੈਂਸਰਸ ਨਹੀਂ ਇਹ ਟ੍ਰਾਈਡ ਐਂਡ ਟੈਸਟਡ UFD ਅਪਰੂਵ ਮੇਲਾ ਦਾ ਆ ਕੇ ਆਪਣੇ ਗਾਹਕ ਸਮਰਾ ਸਾਹਿਬ ਆਏ ਤੀਨੂ ਜੀ ਆਏ ਆ ਜੀ ਗੱਲ ਕਰੋ ਨਾ ਭਾਜੀ ਫਾਇਦਾ ਕੀ ਆ ਨਾ ਬੈਟਰੀ ਦਾ ਵੀ ਕੋਈ ਕਾਸਟ ਨਹੀਂ ਹੁੰਦਾ ਇਹਨਾਂ ਨੇ ਜਿਹੜੇ ਦੇਣੇ ਚੀਨੇ ਕੋਈ ਪਤਾ ਨਹੀਂ ਮੇਡ ਇਨ ਚਾਈਨਾ ਵਾਲੇ ਕਦੋਂ ਕਿਹਦੇ ਕੰਮ ਚ ਪਟਾਕਾ ਬੋਲਿਆ ਜੀ ਦਾ ਕੀ ਫੰਕਸ਼ਨ ਹੈ ਜਿਹੜੀ ਜਗ ਰਹੀ ਸੀ ਲਾਲ ਜੀ ਆ ਇਹਨਾਂ ਨੇ ਲਾਲ ਬੱਤੀਆਂ ਇਹਨਾਂ ਦੀਆਂ ਬਗਦੀਆਂ ਰਹਿਣਗੀਆਂ ਤੇ ਪਤਾ ਲੱਗ ਜੂ ਕਾਂਗਰਸ ਦੇ ਫੋਨ ਨੇ ਇੱਕ ਨੌਜਵਾਨ ਨੂੰ 50 ਲੱਖ ਨੌਜਵਾਨ ਹੈ ਜੀ 2011 ਦਾ ਸੈਂਸਸ ਕਹਿੰਦਾ ਉਹਨੂੰ ਘਰ ਘਰ ਨੌਕਰੀ ਦੇਣੀ ਸੀ ਅਤੇ ਨਾਲ ਇੱਕ ਫੋਨ ਦੇਣਾ ਸੀ 2 ਸਾਲ ਬੀਤ ਗਏ ਬਜਟਰੀ ਪ੍ਰੋਵਿਜ਼ਨ ਹੁੰਦੇ ਨੇ ਨਾ ਮੋਬਾਈਲ ਆਉਂਦਾ ਨਾ ਕੁਛ ਆਉਂਦਾ ਅਤੇ ਅਸੀਂ ਸੋਚਿਆ ਕਿ ਅੱਜ ਵੈਲੈਂਟਾਈਨ ਡੇ ਹੈ ਅਤੇ ਕਿਉਂ ਨਾ ਇਹਨਾਂ ਨੇ ਤਾਂ ਪੂਰਾ ਕਰਨਾ ਨਹੀਂ ਅਸੀਂ ਇਹਨਾਂ ਦਾ ਵਾਅਦਾ ਪੂਰਾ ਕਰਕੇ ਦੇ ਦਿੰਦੇ ਇਹ ਸਾਡੇ ਫੋਨ 'ਚ ਖਾਸੀਅਤ ਇਹ ਹੈ ਸਰਕਾਰ ਨੇ ਤਾਂ ਕਾਂਗਰਸ ਦੀ ਨੇ ਮੇਡ ਇਨ ਚਾਈਨਾ ਦੇ ਨੇ ਜਿਹੜੇ ਪਤਾ ਨਹੀਂ ਕਦੋਂ ਕੰਨ 'ਤੇ ਲਾਓ ਅਤੇ ਕਦੋਂ ਬੈਟਰੀ ਉਹਦੀ ਬਲਾਸਟ ਕਰ ਜੇ ਇਹਦੇ 'ਚ ਰੋਮਿੰਗ ਫਰੀ ਇੰਟਰਨੈਸ਼ਨਲ ਫਰੀ ਇਹਦਾ ਕੋਈ ਵੀ ਸਾਈਡ ਇਫੈਕਟ ਕੋਈ ਨਹੀਂ ਸਾਡੇ ਫੋਨ ਦਾ ਰਿੰਗ ਟੋਨ ਸਾਰਾ ਟਾਈਮ ਵੱਜੂਗੀ ਤੁਹਾਡਾ ਬੱਚਾ ਵੀ ਵਰਤ ਸਕਦਾ ਕੋਈ ਇਹਦੀ ਹੈਲਥ ਹੈਜ਼ਰਡ ਨਹੀਂ ਜਿੱਥੇ ਮਰਜ਼ੀ ਫੋਨ ਮਿਲਾਓ ਪਹਿਲੀ ਘੰਟੀ 'ਚ ਕਨੈਕਸ਼ਨ ਹੋ ਜਾਂਦਾ ਸਿੱਧਾ ਅਤੇ ਸਾਡੇ CID ਮਹਿਕਮੇ ਵਾਲੇ ਆਏ ਆ ਉਹਨਾਂ ਲਈ ਮੈਂ ਸਪੈਸ਼ਲ ਗਿਫਟ ਹੈ ਕਿ ਜਦੋਂ ਮਰਜ਼ੀ ਦਿਨਕਰ ਗੁਪਤਾ ਜੀ ਨਾਲ DGP ਇੰਟੈਲੀਜੈਂਸ ਨਾਲ ਸਿੱਧੀ ਗੱਲ ਕਰਨੀ ਹੋਵੇ ਤੁਹਾਡੇ ਫੋਨ ਤੋਂ ਫੇਰ ਨਾ ਚੁੱਕੂਗਾ ਸਾਡਾ ਫੋਨ ਪਹਿਲੀ ਘੰਟੀ 'ਤੇ ਚੁੱਕੂਗਾ
ਕਿਉਂਕਿ ਜਦ ਡਿਮਾਂਡ ਬਹੁਤ ਵੱਧ ਗਈ ਆਓ ਛੇਤੀ ਸਰ ਕਿੰਨੇ ਸਮਾਰਟਫੋਨ ਕੈਪਟਨ ਜਾ ਰਹੇ ਨੇ ਕੈਪਟਨ ਸਾਹਿਬ ਦਾ ਫੋਨ ਕੋਈ ਇਹਦਾ ਅਸਰ ਕੋਈ ਨਹੀਂ ਇਹਦਾ ਜਿੱਥੇ ਮਰਜ਼ੀ ਵਰਤੋ ਇੰਟਰਨੈਸ਼ਨਲ ਫ੍ਰੀ ਰੋਮਿੰਗ ਫ੍ਰੀ ਬੱਚਾ ਵੀ ਵਰਤ ਸਕਦਾ ਕੰਨ ਨੂੰ ਕੋਈ ਦਰਦ ਨਹੀਂ ਜੇਬ ਚ ਪਾ ਲਓ ਇਹਦੀ ਲੋੜ ਜਿਹਨੂੰ ਮਰਜ਼ੀ ਫੋਨ ਲਾਓ ਅੱਜ ਬਿਕਰਮ ਮਜੀਠੀ ਆਉਂਦੀ ਦੇ ਕਿ ਜਿਹੜੇ ਵੀ ਲੈ ਕੇ ਤੇ ਪਹੁੰਚਦੇ ਨੇ ਉਹਨਾਂ ਨੂੰ ਇਹ ਮੋਬਾਈਲ ਫੋਨ ਲੈ ਰਹੇ ਨੇ ਔਰ ਪੰਜ ਕਰ ਰਹੇ ਨੇ ਤਾਂ ਕਿ ਨੌਕਰੀ ਦਾ ਸੁਨੇਹਾ ਇਹਦੇ ਤੇ ਆਉਣਾ ਸਿੱਧੇ ਆਉਣਾ ਜਦੋਂ ਯਾਰ ਪਿੱਛੇ ਕਰ ਲੈ ਮਾਈਕ ਪਿੱਛੇ ਕਰ ਲੈ ਮਾਈਕ ਪਿੱਛੇ ਕਰ ਕੋਈ ਨੀ ਫਿਰ ਆਪਣੀ ਸਰਕਾਰ ਆ ਰਹੀ ਆ ਜਿਹੜੀ ਤੁਹਾਡੀ ਸਰਕਾਰ ਦੇ ਚੰਦ ਚਾੜੇ ਆ ਨਾ ਅਸੀਂ ਲੈਣਾ ਸੁਣੋ ਮੇਰੀ ਗੱਲ ਪਹਿਲਾਂ ਜਿਹੜੇ ਤੁਹਾਡੇ ਗੁੱਲ ਖਿਲਾਏ ਉਹ ਲੈ ਅਸੀਂ ਤਾਂ ਬਹੁਤ ਕੁਛ ਕੀਤਾ ਦੇਖੋ ਪਹਿਲਾਂ ਤਾਂ ਹੀ ਤਾਂ ਅਸੀਂ ਤੁਹਾਡੇ ਨਾਲ ਆ ਅਕਾਲੀ ਦਲ ਕੈਪਟਨ ਦੀ ਮਸ਼ਹੂਰੀ ਕਰ ਰਿਹਾ ਪਾਰਲੀਮੈਂਟ ਦੀ ਚੋਣ ਰੱਖ ਲਾ ਸਾਹਮਣਾ ਗੱਡੀ ਚ ਰੱਖਾ ਹਮਾਰੇ ਸਾਥ ਵਿਕਰਮ ਮਜੀਠੀਆ ਹੈ ਉਨਸੇ ਬਾਤ ਕਰ ਰਹੇ ਮਜੀਠੀਆ ਜੀ ਆਜ ਇਹ ਜੋ ਆਪਨੇ ਦੁਕਾਨ ਲਗਾਈ ਹੈ ਕਿਸ ਚੀਜ਼ ਕੀ ਦੁਕਾਨ ਹੈ ਆਜ ਦੇਖੋ ਪਿਛਲੇ ਕਈ ਦਿਨਾਂ ਤੋਂ 2 ਸਾਲ ਬੀਤ ਗਏ ਹੈ 2 ਸਾਲ ਬੀਤਣ ਤੋਂ ਬਾਅਦ ਵੀ 2 ਬਜਟ ਪੇਸ਼ ਹੋਣ ਤੋਂ ਬਾਅਦ ਵੀ ਇੱਕ ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀਂ ਕੀਤਾ ਭਾਵੇਂ ਉਹ ਕਿਸਾਨੀ ਨਾਲ ਹੈ ਭਾਵੇਂ ਉਹ ਦਲਿਤ ਨਾਲ ਹੈ ਭਾਵੇਂ ਉਹ ਨੌਜਵਾਨਾਂ ਨਾਲ ਹੈ ਭਾਵੇਂ ਉਹ ਬੈਕਵਰਡ ਕਲਾਸ ਨਾਲ ਹੈ ਭਾਵੇਂ ਉਹ ਵਪਾਰੀ ਨਾਲ ਹੈ ਭਾਵੇਂ ਉਹ ਇੰਡਸਟਰੀ ਨਾਲ ਅੱਜ ਉਹ ਸਾਰੇ ਮੁੱਦੇ ਪਹਿਲਾਂ ਅਸੀਂ ਕਿਸਾਨੀ ਦਾ ਚੁੱਕਿਆ ਫਿਰ ਟੀਚਰਾਂ ਨਾਲ ਧੱਕੇਸ਼ਾਹੀ ਦਾ ਚੁੱਕਿਆ ਅੱਜ ਅਸੀਂ ਮੋਬਾਈਲ ਲੈ ਕੇ ਆਏ ਹਾਂ ਪਤਾ ਨਹੀਂ ਕਾਂਗਰਸ ਨੇ ਮੋਬਾਈਲ ਕਦੋਂ ਦੇਣੇ ਆ ਮਗਰ ਅਸੀਂ ਅੱਜ ਦੇ ਕੇ ਚੱਲੇ ਹਾਂ ਇਸ ਮੋਬਾਈਲ ਦਾ ਫਾਇਦਾ ਹੀ ਫਾਇਦਾ ਇਹਦੀ ਕੋਈ ਹੈਲਥ ਹੈਜ਼ਰਡ ਨਹੀਂ ਜਿੰਨਾ ਮਰਜ਼ੀ ਵਰਤੋ ਇਹਦੀ ਬੈਟਰੀ ਨਹੀਂ ਕਦੇ ਡਾਊਨ ਹੋਣੀ ਇਹ 'ਚ ਰੋਮਿੰਗ ਇੰਟਰਨੈਸ਼ਨਲ ਰੋਮਿੰਗ ਫ੍ਰੀ ਹੈ ਇਹ CID ਵਾਲਿਆਂ ਦੇ ਬੜੇ ਕੰਮ ਆਉਣਾ ਭਾਵਰਾ ਸਾਹਿਬ ਨੇ ਹੋਰ ਕੋਈ DGP ਇੰਟੈਲੀਜੈਂਸ ਦੇ ਫੋਨ ਚੁੱਕਣ ਨਾ ਚੁੱਕਣ ਇਹ ਜਦ ਇਤਰਾ ਵੱਜਿਆ ਉਹਨਾਂ ਨੇ ਚੁੱਕ ਲੈਣਾ ਘਰ ਘਰ ਨੌਕਰੀ ਦਾ ਸੁਨੇਹਾ ਇਹਦੇ 'ਤੇ ਆਉਣਾ ਇਸ ਲਈ ਇਹਦੇ 'ਚ ਫਾਇਦੇ ਹੀ ਫਾਇਦੇ ਆ ਕੋਈ ਨੁਕਸਾਨ ਨਹੀਂ ਅੱਜ ਅਸੀਂ ਚਾਹੁੰਦੇ ਹਾਂ ਕਿ ਸ਼ਾਇਦ ਸੁੱਤੀ ਪਈ ਕਾਂਗਰਸ ਜਾਗ ਜੂ ਅਤੇ ਕਾਂਗਰਸ ਦਾ ਫੋਨ ਫਿਰ ਅਸੀਂ ਕਹਿੰਦੇ ਜਾਂ ਤਾਂ ਆਈਫੋਨ ਨੌਜਵਾਨਾਂ ਨੂੰ ਦੇਣ ਚੰਗੀ ਕੁਆਲਿਟੀ ਦੇ ਦੇਣ ਫਿਰ ਤਾਂ ਕੋਈ ਨਹੀਂ ਮਗਰ ਜੇ ਉਹ ਜੇ ਮੇਡ ਇਨ ਚਾਈਨਾ ਜਾਂ ਮਾੜੀ ਕੁਆਲਿਟੀ ਦਾ ਕੋਈ ਫੋਨ ਦੇਣਾ ਜਿਹਦੀ ਬੈਟਰੀ ਪਾਰਟ ਜੇ ਉਹਦੇ ਮੈਂ ਸਖਤ ਵਿਰੋਧ 'ਚ ਰਹੂੰਗਾ ਕਿਉਂਕਿ ਨੌਜਵਾਨ 50,55,00,000 ਨੌਜਵਾਨ ਹੈ ਜਿਹਨੂੰ ਅੱਜ ਤੱਕ ਇਹ ਵਹਿਦੇ ਘਰ ਘਰ ਨੌਕਰੀ ਦੇ ਮੋਬਾਈਲ ਫੋਨਾਂ ਦੇ ਬੇਰੋਜ਼ਗਾਰੀ ਭੱਤੇ ਦੇ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਸਭ ਨੂੰ ਠੱਗਣ ਦਾ ਕੰਮ ਕੀਤਾ ਸਭ ਨੂੰ ਮਿਸਲੀਡ ਕਰਨ ਦਾ ਕੰਮ ਥੈਂਕ ਯੂ